मामला पंजाब के कपूरथला का है, जिस बंद सरकारी एलिमेंट्री स्कूल मंडी कपूरथला के गेट पर लगे ताले को और बाहरी गेट और दीवारों पर सुर्खी पाउडर यानी कि रंग रोगन करवाकर उन्हें स्मार्ट स्कूल बनाया जा रहा है, जिसमें आप अपनी टीवी स्क्रीन पर देख रहे हो। इस स्कूल की इमारत काफी खस्ती हो चुकी थी, जिसको लेकर पिछले कुछ महीने पहले शिक्षा विभाग तथा आप सरकार के खिलाफ अभिभावकों और क्षेत्र निवासियों ने अपना तीखा विरोध प्रदर्शन भी किया था। इस स्कूल में मजदूर और प्रवासियों के बच्चे शिक्षा ग्रहण करने आते थे। जिला कपूरथला शिक्षा विभाग ने खस्ता इमारत को ठीक तो करवाना था, इसलिए इस स्कूल में पढ़ने वाले बच्चों को अन्य दो सरकारी एलिमेंट्री स्कूलों में शिफ्ट कर दिया। 350 के करीब गरीब वर्ग के बच्चों को सरकारी एलिमेंट्री स्कूल तोपखाना में शिफ्ट कर दिया और खस्ता सरकारी एलिमेंट्री स्कूल को ताला जड़ दिया, जिन्हें स्कूल के बरामदे में नीचे ही बैठा दी शिक्षा दी जा रही। बच्चों के अभिभावकों ने श्रोमणी अकाली दल के पूर्व राष्ट्रीय उप प्रधान अभि राजपूत के साथ सरकारी एलिमेंट्री तोपखाना स्कूल के बाहर आप दिल्ली मुख्यमंत्री अरविंद केजरीवाल तथा पंजाब मुख्यमंत्री भगवंत मान सरकार के खिलाफ तीखा रोष प्रदर्शन किया। ਜਿਹੜਾ ਕਿ ਤੋਖਣਾ ਸਕੂਲ ਵੀ ਆਏ ਆ ਪਿਛਲੇ ਲੰਬੇ ਸਮੇਂ ਤੋਂ ਕਿ ਜਿਹੜਾ ਕਿ ਮੰਡੀ ਸਕੂਲ ਦੇ ਬੱਚੇ ਸਕੂਲ ਜਿਹੜੇ ਕਿ ਤੰਗ ਪਰੇਸ਼ਾਨ ਹੋ ਰਹੇ ਆ, ਇੱਥੇ ਆ ਕੇ ਧੁੱਪੇ ਬੈਠ ਕੇ ਪੜ੍ਹਨ ਨੂੰ ਮਜਬੂਰ ਹੈਗੇ ਆ, ਤਾਂ ਕੋਈ ਫੈਸਿਲਿਟੀ ਨਹੀਂ, ਕੋਈ ਸਹੂਲਤ ਨਹੀਂ ਹੈਗੀ, ਤਾਂ ਕਿੱਦਾਂ ਦੇਖਦੇ ਸਾਰੀ ਚੀਜ਼ਾਂ ਨੂੰ ਤੁਸੀਂ? ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਰਥਲਾ। ਪਿਛਲੇ ਕਾਫੀ ਸਮੇਂ ਤੋਂ ਜਿਹੜੀ ਲੜਾਈ ਮੇਰੇ ਵੱਲੋਂ, ਜੀਐਸਡੀ ਵੱਲੋਂ, ਬਾਬ ਮੁਕੰਦ ਜੀ ਵੱਲੋਂ, ਬਾਕੀ ਸਾਰੇ ਜਿਹੜੇ ਬੱਚਿਆਂ ਦੇ ਪਰਿਵਾਰ ਆ ਉਹਨਾਂ ਵੱਲੋਂ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ। ਜਿਸ ਦਿਨ ਤੋਂ ਮੰਡੀ ਸਕੂਲ ਜਿਹੜਾ ਸਰਕਾਰੀ ਆ ਉਹਦੀ ਜਿਹੜੀ ਬਿਲਡਿੰਗ ਖਸਤਾ ਹੋਈ ਡਿੱਗੀ ਸੀਗੀ, ਉਸ ਪਹਿਲੇ ਦਿਨ ਤੋਂ ਜਿਹੜੀ ਸਾਡੇ ਵੱਲ ਲੜਾਈ ਲੜੀ ਜਾ ਰਹੀ ਆ ਕਿ ਬੱਚਿਆਂ ਨੂੰ ਚੰਗੀ ਭਵਿੱਖਿਆ ਦੇ ਸਕੀਏ, ਚੰਗੀ ਇਹਨਾਂ ਨੂੰ ਜਿਹੜੀ ਸਿਖਲਾਈ ਦੇ ਸਕੀਏ, ਉਹਨੂੰ ਲੈ ਕੇ ਜਿਹੜੀ ਸਾਡੀ ਲੜਾਈ ਚੱਲ ਰਹੀ ਸੀ। ਪਰ ਜਿਹੜਾ ਉਸ ਤੋਂ ਬਾਅਦ ਜਿਸ ਦਿਨ ਅਸੀਂ ਸਕੂਲ 'ਚ ਪਹੁੰਚੇ ਮੰਡੀ ਸਕੂਲ, ਉੱਥੇ ਲਾਈਵ ਕੀਤਾ ਗਿਆ, ਤੁਹਾਡੀ ਮੀਡੀਆ ਰਾਹੀਂ ਸਾਰਿਆਂ ਨੂੰ ਸੱਦਿਆ ਵੀ ਗਿਆ, ਉਦੋਂ ਇਹਨਾਂ ਨੇ ਤੋਪਖਾਨੇ ਸ਼ਿਫਟ ਕਰ ਦਿੱਤਾ ਗਿਆ। ਪਰ ਜਿਹੜੇ ਮਾਪੇ ਸੀਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸਾਨੂੰ ਤਕਰੀਬਨ ਦੋ ਢਾਈ ਸੌ ਬੱਚਾ ਸੀਗਾ ਜੀ, ਅਤੇ ਦੋ ਢਾਈ ਸੌ ਬੱਚੇ ਨੂੰ ਪੜ੍ਹਨ ਦੇ ਲਈ ਦੋ ਕਮਰੇ ਦਿੱਤੇ ਗਏ ਸੀ, ਬਾਹਰ ਇੱਕ ਕਮਰਾ ਪਹਿਲਾਂ ਦਿੱਤਾ ਗਿਆ, ਉਸ ਤੋਂ ਬਾਅਦ ਬਾਹਰ ਪੜ੍ਹਨ ਦੀ ਉਹਨਾਂ ਨੂੰ ਦਰੀਆਂ ਵਿਛਾ ਦਿੱਤੀਆਂ ਗਈਆਂ। ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਬਦਲਾਅ ਲਿਆਵਾਂਗੇ, ਜਿਹੜੇ ਗਰੀਬ ਬੱਚੇ ਆ ਗਰੀਬ ਪਰਿਵਾਰ ਆ ਉਹਨਾਂ ਨੂੰ ਚੰਗੀ ਸਿੱਖਿਆ ਦੇਵਾਂਗੇ, ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਵਾ ਪ੍ਰਾਈਵੇਟ ਨਾਲੋਂ ਵਧੀਆ ਹੋਊਗੀ, ਇੱਕ ਪਾਸੇ ਜਿਹੜੇ ਆ ਸਮਾਰਟ ਸਕੂਲਾਂ ਦੀ ਜਿਹੜੀ ਘੋਸ਼ਣਾ ਕਰ ਰਹੇ ਆ, ਦੂਜੇ ਪਾਸੇ ਜਿਹੜੀ ਨਾ ਗਰਾਊਂਡ ਲੈਵਲ 'ਤੇ ਜੋ ਆ ਕੇ ਦੇਖੀਏ, ਇਹ ਸਿਰਫ ਅਤੇ ਸਿਰਫ ਲਾਰਿਆਂ ਵਾਲੀ ਸਰਕਾਰ ਆ ਸਾਬਤ ਹੋਈ, ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਰੀਬ ਪਰਿਵਾਰਾਂ ਨੂੰ ਸਹੂਲਤ ਨਹੀਂ ਮਿਲ ਪਾ ਰਹੀ। ਇੱਥੋਂ ਤਾਂ ਮੈਨੂੰ ਲੱਗਦਾ ਇਹੀ ਸਾਬਤ ਹੋ ਰਿਹਾ ਕਿ ਜੋ ਪਹਿਲੇ ਤੋਂ ਚੱਲਦਾ ਆ ਰਿਹਾ ਵਾ ਕਿ ਰਾਜਾ ਕਾ ਬੇਟਾ ਰਾਜਾ ਬਣੇਗਾ, ਪਰ ਹੁਣ ਜਿਹੜਾ ਲੋਕ ਸਮਝ ਚੁੱਕੇ ਆ ਰਾਜਾ ਉਹੀ ਬਣੇਗਾ ਜੋ ਹੱਕਦਾਰ ਹੋਊਗਾ। ਗਰੀਬ ਬੱਚੇ ਪੜ੍ਹ ਲਿਖ ਜਾਣਗੇ, ਸਰਕਾਰਾਂ ਨੂੰ ਡਰ ਵਾ, ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਗੇ, ਆਪਣੇ ਅਧਿਕਾਰਾਂ ਬਾਰੇ ਸਰਕਾਰਾਂ ਨੂੰ ਸਮੇਂ ਸਮੇਂ 'ਤੇ ਪੁੱਛਣਗੇ। ਇਸੇ ਕਰਕੇ ਜਿਹੜੀਆਂ ਸਰਕਾਰਾਂ ਵਾ, ਮੌਜੂਦਾ ਸਰਕਾਰ ਆ, ਇਹ ਗਰੀਬ ਬੱਚਿਆਂ ਨੂੰ ਪੜ੍ਹਨ ਤੋਂ ਵਾਂਝੇ ਰੱਖ ਰਹੀ ਆ, ਉਹ ਹਾਰ ਕੇ ਜਿਹੜੇ ਮਾਪੇ ਆ ਉਹ ਬੱਚਿਆਂ ਨੂੰ ਇਹ ਹਾਲਾਤ ਦੇ ਵਿੱਚ ਪੜ੍ਹਨ ਤੋਂ ਹਟਾ ਲੈਣ ਅਤੇ ਉਹ ਸਿਰਫ ਘਰਾਂ ਦੇ ਵਿੱਚ ਬੈਠਣ, ਪਰ ਅਸੀਂ ਇਹ ਕੰਮ ਹੋਣ ਨਹੀਂ ਦੇਵਾਂਗੇ। ਜੇ ਅੱਜ ਸ਼ੁੱਕਰਵਾਰ ਤੱਕ ਕਿਸੇ ਵੀ ਤਰ੍ਹਾਂ ਦਾ ਬੱਚਿਆਂ ਨੂੰ ਉੱਥੇ ਸਹੂਲਤ ਨਾ ਦਿੱਤੀ ਗਈ, ਬਿਲਡਿੰਗ ਨਾ ਦਿੱਤੀ ਗਈ ਬੱਚਿਆਂ ਨੂੰ ਬੈਠਣ ਲਈ, ਕਿਉਂਕਿ ਤਕਰੀਬਨ ਬੱਚੇ SSK ਫੈਕਟਰੀ ਵੱਲੋਂ ਆਉਂਦੇ ਆ, ਬਹੁਤ ਦੂਰੀ ਆ, ਸਾਰੇ ਪ੍ਰਵਾਸੀ ਭਾਈਚਾਰੇ ਸਾਡੇ ਵੀਰ ਜੋ ਸਾਰੇ ਦਿਹਾੜੀ ਟੱਪਾ ਕਰਦੇ ਆ ਉਹਨਾਂ ਨੂੰ ਛੱਡਣ ਆਉਣਾ ਬੜਾ ਔਖਾ। ਨੌਜਵਾਨਾਂ ਨੇ ਇੱਕ ਗੱਲ ਐਡ ਕਰਨਾ ਚਾਹੁੰਦਾ, ਦੋ ਸ਼ਿਫਟਾਂ ਦੇ ਵਿੱਚ ਬੱਚਿਆਂ ਨੂੰ ਵੰਡ ਦਿੱਤਾ ਗਿਆ ਵਾ, 8 ਤੋਂ 11, 11 ਤੋਂ 2, ਕਿੱਦਾਂ ਉਹ ਬੱਚੇ ਜਿਹੜੇ ਆ ਮਾਪੇ ਦੋ ਦੋ ਸ਼ਿਫਟਾਂ 'ਚ ਇੱਥੇ ਛੱਡਣ ਆ ਸਕਦੇ ਆ, ਕਿਉਂਕਿ ਸਾਰੇ ਦਿਹਾੜੀ ਟੱਪੇ ਵਾਲੇ ਆ। ਇਸ ਕਰਕੇ ਸਰਕਾਰ ਨੂੰ ਮੇਰੀ ਚੇਤਾਵਨੀ ਆ, ਜੇ ਸ਼ੁੱਕਰਵਾਰ ਤੱਕ ਬੱਚਿਆਂ ਨੂੰ ਲਾਗੇ ਕੋਈ ਜਿਹੜੀ ਆ ਬਿਲਡਿੰਗ ਮੁਹੱਈਆ ਨਹੀਂ ਕਰਵਾਈ ਗਈ, ਕਿਉਂਕਿ ਰਣਧੀਰ ਸਕੂਲ ਦੇ ਵਿੱਚ ਵੀ ਇਹਨਾਂ ਕੋਲ ਬਾਈ ਬਿਲਡਿੰਗ ਕਰ ਲਈ ਆ, ਪਰ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਕੋਲ ਬਾਈ ਬਿਲਡਿੰਗ ਕਰ ਲਈ ਆ, ਪਰ ਪ੍ਰਸ਼ਾਸਨ ਜਿਹੜਾ ਵਾ ਕੁੰਭਕੰਨੀ ਨਹੀਂ ਸੁੱਤਾ ਵਾ। ਸ਼ੁੱਕਰਵਾਰ ਨੂੰ ਬੱਚਿਆਂ ਦੇ ਮਾਪਿਆਂ ਨੂੰ ਨਾ ਲੈ ਕੇ, ਕਿਉਂਕਿ ਬੜੇ ਪਰੇਸ਼ਾਨ ਆ, ਇਹਨਾਂ ਦੇ DO ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਾਂਗੇ, ਰੋਸ ਮਾਰਚ ਕਰਾਂਗੇ, ਜੇ ਬੱਚਿਆਂ ਨੂੰ ਗਰੀਬ ਪਰਿਵਾਰਾਂ ਨੂੰ ਉਹਨਾਂ ਦਾ ਬੰਦਾ ਹੱਕ ਨਾ ਦਿੱਤਾ ਗਿਆ। ਮੇਰਾ ਨਾਮ ਬਾਲ ਮੁਕੰਦ ਹੈ ਜੀ। ਹਾਂਜੀ ਬਾਲ ਕੁਮਾਰ ਜੀ, ਤੁਹਾਡੇ ਬੱਚੇ ਕਿਹੜੀ ਕਲਾਸ 'ਚ ਪੜ੍ਹਦੇ? ਮੇਰੇ ਬੱਚੇ ਇੱਕ ਪਹਿਲੀ 'ਚ, ਇੱਕ ਦੂਸਰੀ 'ਚ, ਇੱਕ ਤੀਸਰੀ 'ਚ। ਹਾਂਜੀ, ਅਤੇ ਸਕੂਲ 'ਚ ਕਿੱਧਰ ਸਹੂਲਤਾਂ ਮਿਲਦੀਆਂ? ਨਹੀਂ ਸਹੂਲਤ ਜੀ,
ਜਿਹੜੇ ਪਹਿਲੇ ਸਕੂਲ 'ਚ ਸੀ ਉਹ 'ਚ ਵਧੀਆ ਪੜ੍ਹਾਈ ਹੁੰਦੀ ਸੀ, ਇਹ 'ਚ ਦੋ ਕਲਾਸਾਂ ਦਿੱਤੀਆਂ, ਉਹ ਵੀ ਬਰਾਂਡੇ 'ਚ ਬਿਠਾਉਂਦੇ ਸੀ ਸਾਡੇ ਬੱਚੇ। ਅੱਛਾ। 3 ਦਿਨ ਸਾਡੀ ਗੁੜੀਆ ਛੋਟੀ ਪਹਿਲੀ ਕਲਾਸ ਵਾਲੀ ਪ੍ਰੀ ਨਰਸੇ ਇੱਥੇ ਪੜ੍ਹਦੀ ਆ, ਉਹ ਬਿਮਾਰ ਹੋ ਗਈ। ਅਸੀਂ ਮੈਡਮ ਨੂੰ ਕਿਹਾ, ਮੈਡਮ ਕਹਿੰਦੇ 2 ਟਾਈਮ ਸਕੂਲ ਕਰਤਾ ਜੀ, ਇੱਕ ਵਾਰੀ ਸਵੇਰੇ 8 ਵਜੇ ਅਤੇ ਦੂਜਾ ਟਾਈਮ ਜਿਹੜੇ ਤੀਸਰੀ ਤੋਂ 11 ਵਜੇ। ਮੈਂ ਕਿਹਾ ਮੈਡਮ ਅਸੀਂ ਦਿਹਾੜੀ ਕਰਨ ਵਾਲੇ ਬੰਦੇ, ਅਸੀਂ 8 ਵਜੇ ਆਵਾਂਗੇ, 11 ਵਜੇ ਆਵਾਂਗੇ, 2 ਵਜੇ ਆਵਾਂਗੇ, ਬੱਚਿਆਂ ਨੂੰ ਲੈਣ ਲੈ ਕੇ ਜਾਣਾ, ਅਸੀਂ ਇੱਕੋ ਟਾਈਮ ਰੱਖਿਆ। ਕਹਿੰਦੇ ਸਾਡੇ ਕੋਲ ਕਲਾਸਾਂ ਹੈ ਨਹੀਂ, ਅਸੀਂ ਤਾਂ 2 ਟਾਈਮ ਕੀਤਾ। ਮੈਂ ਕਿਹਾ ਅਸੀਂ 2 ਟਾਈਮ ਨਹੀਂ ਭੇਜਣਾ, 1 ਟਾਈਮ ਭੇਜਣਾ, ਸਹੀ ਤਰ੍ਹਾਂ ਪੜ੍ਹਾਓ ਬੱਚਿਆਂ ਨੂੰ, ਅੰਦਰ ਪੜ੍ਹਾਓ। ਕਹਿੰਦੇ ਅੰਦਰ ਕਿੱਦਾਂ ਪੜ੍ਹਾਈਏ, ਨਾ ਇੱਥੇ ਕੋਈ ਸਹੂਲਤ ਹੈ ਨਹੀਂ ਜੀ, ਅਸੀਂ ਇਸ ਕਰਕੇ ਪਰੇਸ਼ਾਨ ਹੈ, ਅਸੀਂ ਕਹਿੰਦੇ ਤਾਂ ਸਰਟੀਫਿਕੇਟ ਦੇ ਦਿਓ। ਪ੍ਰਿੰਸੀਪਲ ਮੈਡਮ ਨੂੰ ਰਿਕੁਐਸਟ ਕੀਤੀ ਸੀ ਮੈਂ ਕਿਹਾ ਜੇ ਨਹੀਂ ਤੁਹਾਡੇ ਕੋਲ ਸਹੂਲਤ ਹੈ ਕਿ ਸਰਟੀਫਿਕੇਟ ਦਿਓ, ਅਸੀਂ ਦੂਜੇ ਸਕੂਲੇ ਪਾਈਏ। ਮੈਡਮ ਨੇ ਕੋਈ ਹੂ ਨਾ ਦਾ ਜਵਾਬ ਨਹੀਂ ਦਿੱਤਾ, ਕਹਿੰਦੇ ਇਹ ਗੱਲ ਸਾਡੇ, ਅਸੀਂ ਨੌਕਰੀ ਕਰਨੀ ਜੀ, ਤੁਸੀਂ ਬੱਚੇ ਭੇਜਣੇ ਅਤੇ ਸਾਨੂੰ ਇੱਥੇ ਡਿਊਟੀ ਲੱਗੀ 2 ਕਲਾਸਾਂ ਦੀ। ਮੈਂ ਕਿਹਾ 2 ਰੂਮ ਹੋਰ ਤੁਸੀਂ ਲੈ ਲਓ, ਜੇ ਚਾਰ ਰੂਮਾਂ 'ਚ ਬੱਚਿਆਂ ਨੂੰ ਵਧੀਆ ਪੜ੍ਹਾਈ ਹੁੰਦੀ ਤਾਂ ਇਹ ਕੋਈ ਗੱਲ ਨਹੀਂ ਕਰਦੇ ਜੀ, ਨਾ ਕੋਈ ਸਾਡੀ ਗੱਲ ਸੁਣਦਾ। ਅਸੀਂ 4 ਵਾਰੀ ਧਰਨਾ ਲਾ ਹਟੇ ਉੱਥੇ ਵੀ ਸਰਕਾਰੀ ਐਲੀਮੈਂਟਰੀ ਸਕੂਲ, ਕਿ ਇਹ ਬਣਾ ਦਿਓ, ਅਸੀਂ ਬੱਚੇ ਇੱਥੇ ਪਾਈਏ, ਇੱਥੇ ਪੜ੍ਹਾਈ ਜਾਓ, ਉੱਥੇ ਵੀ ਨਹੀਂ ਕੋਈ ਸੁਣਦਾ। ਤਾਂ ਤੁਸੀਂ ਕੀ ਸਰਕਾਰ ਤੋਂ ਕੀ ਮੰਗ ਕੀ ਕਰਦੇ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਜਿਹੜਾ ਮੰਡੀ ਸਕੂਲ ਆ ਉਹਨੂੰ ਸਹੀ ਕਰਾ ਕੇ ਉੱਥੇ ਬੱਚੇ ਪੜ੍ਹਾਓ, ਨਹੀਂ ਇੱਥੇ ਸਹੂਲਤ ਮਿਲਦੀ। ਕੋਈ ਹੋਰ ਸਰਕਾਰੀ ਸੰਸਥਾ ਦੇਖੋ ਜਿੱਥੇ ਬੱਚੇ ਸਹੀ ਤਰ੍ਹਾਂ ਪੜ੍ਹਦੇ। ਅਸ਼ੋਕ ਜੀ, ਤੁਸੀਂ ਇਸ ਵਾਰਡ ਦੇ MC ਵੀ ਹੋ, ਤਾਂ ਕਹਿ ਲਓ ਕਿ ਜੇ ਗੱਲ ਕੀਤੀ ਜਾਵੇ ਜਿਹੜੇ ਕਿ ਸਕੂਲ ਨੂੰ ਲੈ ਕੇ ਬੱਚਿਆਂ ਨੂੰ ਤਾਂ ਉਹਦੇ ਮਾਂ ਪਿਓ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਸੰਬੰਧਿਤ ਤੁਹਾਡੇ ਵੱਲੋਂ ਵੀ ਕੋਈ ਕਹਿ ਲਓ ਕਿ DO ਸਾਹਿਬ ਨੂੰ ਕੋਈ ਧਿਆਨ 'ਚ ਲਿਆਉਂਦੀ ਪਈ ਗੱਲ? ਨਹੀਂ, ਅਸੀਂ ਮੈਂ ਅਤੇ ਅਭੀ ਰਾਜਪੂਤ ਜੀ ਨੇ ਇਹਦੇ ਨਾਲ ਅੱਗੇ ਵੀ ਬੈਠ ਕਰਕੇ ਇਹਦੇ ਨਾਲ ਅੱਗੇ ਦੱਸਿਆ ਸੀ ਵੀ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ, ਛੋਟੇ ਛੋਟੇ ਬੱਚੇ ਆ, ਗਰੀਬ ਪਰਿਵਾਰਾਂ ਦੇ ਬੱਚੇ ਆ ਇਹਦੇ ਨਾਲ, ਅਤੇ ਉਹਨਾਂ ਨੂੰ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬਈ, ਉਹਨਾਂ ਦੇ ਮਾਂ ਪਿਓ ਵੀ ਦੁਖੀ ਹੈ, ਬੱਚੇ ਵੀ ਦੁਖੀ ਹੈ। ਤੋਪਖਾਨੇ ਸਕੂਲ ਦੇ ਵਿੱਚ ਬਿਠਾਇਆ, 150 ਬੱਚਾ ਉਹਦੇ ਨਾਲ ਕੇ ਥੱਲੇ ਦਰੀਆਂ 'ਤੇ ਬਿਠਾਉਂਦੇ ਆ ਉਹਦੇ ਨਾਲ ਕੇ, ਅਤੇ ਬਹੁਤ ਉਹਦੇ ਨਾਲ ਕੇ ਬੁਰੇ ਹਾਲ ਹੈ ਕੇ, ਔਰ ਬੱਚਿਆਂ ਦਾ ਭਵਿੱਖ ਕੀ ਇਹਦੇ ਨਾਲ ਕੇ ਆਪਾਂ ਸਵਾਰਾਂਗੇ? ਜੇ ਆਪਾਂ ਬੱਚਿਆਂ ਦੀ ਪੜ੍ਹਾਈ 'ਤੇ ਕੋਈ ਇਹਦੇ ਨਾਲ ਕੇ ਖਿਆਲ ਨਹੀਂ, DO ਸਾਹਿਬ ਨੂੰ ਵੀ ਇਹਦੇ ਨਾਲ ਕੇ ਰਿਕੁਐਸਟ ਕਰਦੇ ਹਾਂ, ਪ੍ਰਸ਼ਾਸਨ ਨੂੰ ਵੀ ਰਿਕੁਐਸਟ ਕਰਦੇ ਹਾਂ ਵੀ ਇਹਨਾਂ ਬੱਚਿਆਂ ਦਾ ਮਸਲਾ ਛੇਤੀ ਤੋਂ ਛੇਤੀ ਹੱਲ ਕਰਕੇ ਇਹਨਾਂ ਬਾਰੇ ਸੋਚਿਆ ਜਾਵੇ, ਕਿਉਂਕਿ ਇਹ ਗਰੀਬ ਪਰਿਵਾਰਾਂ ਦੇ ਬੱਚੇ ਆ, ਛੋਟੇ ਛੋਟੇ ਬੱਚੇ ਆ। ਜੇ ਕੱਲ੍ਹ ਨੂੰ ਇੱਥੇ ਇਹਦੇ ਨਾਲ ਕੇ ਕੋਈ ਬੱਚਾ ਬਿਮਾਰ ਹੋ ਗਿਆ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ? ਨਹੀਂ, ਜੇ ਆਪਾਂ ਸਹੂਲਤਾਂ ਦੀ ਗੱਲ ਕਰੀਏ ਤਾਂ ਸਹੂਲਤਾਂ ਕਿੱਦਾਂ ਦੀ ਮਿਲਦੀ? ਸ਼ਿਫਟ ਤਾਂ ਕਰ ਦਿੱਤੇ ਗਏ ਬੱਚੇ? ਸਹੂਲਤਾਂ ਥੱਲੇ ਦਰੀਆਂ 'ਤੇ ਬਿਠਾਉਂਦੇ ਆ ਉਹਦੇ ਨਾਲ ਕੇ, ਨਾ ਕੋਈ ਪੱਖਾ ਅਤੇ ਨਾ ਕੋਈ ਗੱਲਬਾਤ ਹੈ, ਅਤੇ ਕਾਹਦੀ ਸਹੂਲਤ ਹੈ ਜੀ ਇੱਥੇ? ਨਹੀਂ ਜੀ, ਆਪਾਂ ਜਿਹੜੇ ਕਿ ਮੰਡੀ ਸਕੂਲ ਦੀ ਗੱਲ ਕਰੀਏ, ਮੰਡੀ ਸਕੂਲ ਲੰਬੇ ਸਮੇਂ ਤੋਂ ਕਹਿੰਦਾ ਕੋਈ ਚੱਲਦਾ ਆ ਰਿਹਾ ਵਾ, ਤਾਂ ਬਿਲਡਿੰਗ ਦੇ ਮੇਨਟੇਨ ਨੂੰ ਵੀ ਲੈ ਕੇ ਕਹਿ ਲਓ ਕਿ ਮਹਿਕਮੇ ਦੀ ਵੀ ਲਾਪਰਵਾਹੀ ਤੁਹਾਨੂੰ ਕਿੱਦਾਂ ਨਜ਼ਰ ਆਉਂਦੀ? ਨਹੀਂ, ਇਹ ਤਾਂ ਲਾਪਰਵਾਹੀ ਹੈ ਜੀ, ਜੇ ਇਹਦੇ ਨਾਲ ਕੇ ਬਿਲਡਿੰਗ ਖਰਾਬ ਸੀ ਤਾਂ ਉਹਨੂੰ ਮੇਨਟੇਨ ਕਰਾਉਣਾ ਚਾਹੀਦਾ ਸੀ, ਇਹਦੇ ਨਾਲ ਕੇ ਪਹਿਲਾਂ ਹੀ ਕਰਾਉਣਾ ਚਾਹੀਦਾ ਸੀ, ਲੈਂਟਰ ਡਿੱਗਣ ਤੋਂ ਪਹਿਲਾਂ ਹੀ ਇਹਦੇ ਨਾਲ ਕੇ ਉਹਨੂੰ ਮੇਨਟੇਨ ਕਰਾਉਣਾ ਚਾਹੀਦਾ ਸੀ। ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਕਿ ਇਹ ਜਿਹੜਾ ਕਿ ਐਜੂਕੇਸ਼ਨ ਡਿਪਾਰਟਮੈਂਟ ਹੈਗਾ ਇਹ ਵੀ ਵੇਟ ਕਰਦਾ ਤਾਂ ਕੋਈ ਹਾਦਸੇ ਦੀ, ਕੋਈ ਹਾਦਸਾ ਹੋਵੇ ਤਾਂ ਹੀ ਇਹਨੂੰ ਦੇਖਿਆ ਜਾਵੇ? ਨਹੀਂ ਜੀ, ਉਹ ਛੋਟੇ ਛੋਟੇ ਬੱਚੇ ਆ, ਜੇ ਕੋਈ ਹਾਦਸਾ ਹੋਵੇ ਤਾਂ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਜਦੋਂ ਨਾਲ। ਤਾਂ ਤੁਸੀਂ ਕੀ ਡਿਪਾਰਟਮੈਂਟ ਵੱਲੋਂ ਸਰਕਾਰ ਤੋਂ ਕੀ ਮੰਗ ਕਰਦੇ? ਦੇਖੋ ਜੀ, ਅਸੀਂ ਤਾਂ DO ਸਾਹਿਬ ਨੂੰ ਪ੍ਰਸ਼ਾਸਨ ਨੂੰ ਉਹੀ ਮੰਗ ਕਰਦੇ ਹਾਂ ਵੀ ਇਹ ਗਰੀਬ ਬੱਚਿਆਂ ਦੇ ਇਹਦੇ ਨਾਲ ਕੇ ਇਹਨਾਂ ਦੇ ਬਾਰੇ ਸੋਚਿਆ ਜਾਵੇ, ਮੰਡੀ ਸਕੂਲ ਦਾ ਜੋ ਵੀ ਉਹਦੇ ਨਾਲ ਕੇ ਕੰਮ ਕਰਾਉਣਾ ਉਹ ਕਰਾ ਕੇ ਮੇਨਟੇਨ ਕਰਕੇ ਅਤੇ ਉਹ ਬੱਚਿਆਂ ਨੂੰ ਉਹਦੇ ਨਾਲ ਕੇ ਜੋ ਉਹਦੇ ਨਾਲ ਕੇ ਸਹੂਲਤਾਂ ਉਹ ਦਿੱਤੀਆਂ ਜਾਣ। ਬੱਚੇ ਪੜ੍ਹਦੇ ਹੈ ਸਕੂਲ ਮੈਂ ਵੀ 2 ਬਿਮਾਰ ਹੈ, ਧੁੱਪੇ ਬਾਹਰ ਬੈਠ ਬੈਠ ਕੇ 3-4 ਵਾਰ ਦਵਾਈ ਲਾ ਕੇ ਦੀ ਫਿਰ ਵੀ ਨਹੀਂ ਸਹੀ ਹੋ ਰਹਾ ਹੈ, ਅਭੀ ਇੱਕ ਇਸਕਾ ਵੀ ਤਬੀਅਤ ਖਰਾਬ ਹੈ, ਯਹਾਂ ਸੇ ਬੋਲੋ ਤੋ ਵਹਾਂ ਪੇ ਸਹੀ ਨਹੀਂ ਕਰਵਾਤਾ, ਯਹਾਂ ਬੱਚੇ ਬਾਹਰ ਧੁੱਪ ਮੇ ਬੈਠਤੇ ਹੈ, ਦਵਾਈ ਕਾ ਤੋ ਕਿਸੀ ਕੋ ਪੈਸੇ ਦੇਣਾ ਨਹੀਂ ਹੈ, ਜੋ ਸਕੂਲ ਇਧਰ ਭੇਜ ਉਧਰ ਕਾ ਸਹੀ ਕਰੇ ਤੋ ਬੱਚੇ ਕਾ ਦੂਰ ਇਧਰ ਪੜਤਾ ਹੈ, ਉਧਰ ਕਾ ਸਹੀ ਕਰਤਾ ਹੀ ਨਹੀਂ ਹੈ ਸਕੂਲ। ਕਿਆ ਨਾਮ ਹੈ? ਮੇਰਾ ਨਾਮ ਪੂਨਮ ਦੇਵੀ ਹੈ। ਆਪਕੇ ਕਿਤਨੇ ਬੱਚੇ ਪੜਤੇ? ਮੇਰਾ 3 ਬੱਚੇ ਪੜਤੇ ਹੈ, ਇੱਕ ਲੜਕੀ ਤੀਸਰੀ ਮੇ ਇੱਕ ਦੂਸਰੀ ਮੇ ਹੈ। ਕਿਆ ਨਾਮ ਹੈ? ਇੱਕ ਕਾ ਸਿਮਰਨ ਹੈ ਜੋ ਤੀਸਰੀ ਮੇ ਪੜਤੀ ਹੈ, ਫਿਰ ਇੱਕ ਨੈਨਾ ਹੈ ਲੜਕਾ ਹੈ LKG ਮੇ UKG ਮੇ, ਉਹ ਦੋਨੋਂ ਕਾ ਤਬੀਅਤ ਖਰਾਬ ਹੈ, ਧੂਪ ਮੇ ਬਾਹਰ ਬੱਚੇ ਬੈਠਤੇ ਹੈ, ਉਧਰ ਕਾ ਸਕੂਲ ਸਹੀ ਕਰਾਉਣੇ ਕਾ ਨਾਮ ਹੀ ਨਹੀਂ ਲੈ ਰਹਾ ਹੈ, ਕਭੀ ਇਧਰ ਧੂਪ ਮੇ ਭੇਜੋ ਕਭੀ ਉਧਰ ਭੇਜੋ, ਬਾਹਰ ਬੈਠਤੇ ਹੈ, ਨਾ ਤੋ ਪੰਖਾ ਕਾ ਜ਼ਰੂਰੀ, ਨਾ ਕਭੀ ਲਾਈਟ ਕਾ, ਕਭੀ ਕਭੀ ਕੁਛ ਕਾ, ਕਭੀ ਲਾਈਟ ਵੀ ਕਾਟ ਦੇਤਾ, ਉਸ ਵਿੱਚ ਮੈਂ ਕਿਤਨਾ ਦਿਨ ਲਾਈਟ ਕਾਟ ਦਿਆ, ਇਹ ਥੋੜੀ ਮਤਲਬ ਹੁੰਦਾ ਕਿ ਉਧਰ ਕਾ ਸਕੂਲ ਸਹੀ ਕਬ ਕਰਾਏਗਾ।
अगर कोई जो चीज जरूरी है वो चीज तो करता नहीं है, जो ना जरूरी रहेगा वो मिनट में कर देगा, ऐसे थोड़ी होता है। जो चीज जरूरी है, बच्चे का पढ़ाई जरूरी है तो उसको सही करवाना चाहिए पहले स्कूल का वहाँ पे। जो चीज जरूरी रहता है वो नहीं करता, जो ना जरूरी है, अभी जरूरी जो चीज नहीं रहेगा मिनट में वो सही हो जाएगा। पढ़ाई बच्चे का सबसे ज्यादा जरूरी है तो उसको तो सही करना नहीं है स्कूल को। रोज 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 का यही तमाशा है, धूप में बच्चे पढ़ते हैं, स्कूल पहले सही कराना चाहिए। की नाम है जी अपना? सुखविंदर कौर। हाँ जी, तो कितों रहन वाले? असी शहर दे नौकरी आ। हाँ, तुहाडे बच्चे अज स्कूल ते आए आ, तो की कारण? असी बच्चे स्कूल ते तो बखाना कोई होर स्कूल आ, इहदे विच दो मकान दिते आ ते बाहर पखे भी नहीं लगे, ना अंदरां दे विच कोई सुकून आ, ते बच्चे इन्ने धक्के खांदे आ, कदी बच्चे विच बीमार भी हो जांदे आ, ते स्कूल टुटा पिया वा, ते स्कूल वल निगाह ही नहीं इहदी जिहड़ी गौरमेंट आ, जिहड़ा भगवंत मान आ उहनूं चाहीदा ਵੀ। ਉਹ ਤਾਂ ਕਹਿੰਦਾ ਅਸੀਂ ਮੈਂ ਅੰਗਰੇਜ਼ੀ ਸਕੂਲ ਬਣਾ ਦੇਣੇ, ਅਤੇ ਇੱਥੇ ਤਾਂ ਸਰਕਾਰੀ ਵੀ ਢੱਟ ਗਏ, ਉਹਨਾਂ ਦੇ ਵੱਲ ਨਿਗਾਹ ਨਹੀਂ ਮਾਰਦਾ। ਬਹਿਣ ਨੂੰ ਥਾਂ ਨਹੀਂ ਆ, ਬਹਿਣ ਨੂੰ ਥਾਂ ਨਹੀਂ ਆ, ਸਾਡੇ ਤਾਂ ਬੱਚੇ ਧੱਕੇ ਖਾ ਰਹੇ ਆ, ਉਹ ਨਿਗਾਹ ਮਾਰਨ। ਇਹ ਅਜੇ ਤੱਕ ਵੀ ਮਹੀਨਾ ਹੋ ਗਿਆ ਸਕੂਲ ਢੱਟੇ ਨੂੰ, ਕੋਈ ਕਿਸੇ ਨੇ ਇੱਥੇ ਬਾਤ ਨਹੀਂ ਪੁੱਛੀ ਵੀ ਕਿੱਥੇ ਆ ਕਿਸੇ ਦੇ ਬੱਚੇ ਕਿੱਥੇ ਧੱਕੇ ਖਾਣ ਡੇ। ਅੰਗਰੇਜ਼ੀ ਦੇ ਸਕੂਲ ਕੀ ਬਣਾਉਣੇ, ਸਰਕਾਰੀ ਨੂੰ ਸਹੀ ਕਰ ਦੇਵੇ। ਨਹੀਂ ਤਾਂ ਕਿਸੇ ਅਫਸਰਾਂ ਵੱਲੋਂ ਕੋਈ ਕਾਰਵਾਈ ਕੀ ਕੀਤੀ ਗਈ? ਕੋਈ ਅਫਸਰ ਨਹੀਂ, ਅਫਸਰਾਂ ਨੂੰ 20 ਵਾਰੀ ਕਿਹਾ ਜਾ ਕੇ, ਅਫਸਰਾਂ ਨੇ ਕੋਈ ਨਹੀਂ ਸੁਣੀ, ਕੋਈ ਨਹੀਂ ਆਇਆ, ਕੋਈ ਇੱਥੇ DC ਨਹੀਂ ਆਇਆ, ਕੋਈ ਕੁਛ ਨਹੀਂ ਆਇਆ ਵੀ ਵੇਖਾਂ ਵੀ ਸਕੂਲ ਵਾਲੇ ਬੱਚੇ ਕਿੱਥੇ ਬਹਿੰਦੇ ਜਿੱਥੇ ਟੱਟ ਗਿਆ ਸਕੂਲ। ਅਤੇ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦਾ ਅਫਸਰਾਂ ਦਾ ਕਾਰਨ ਬੇਨਤੀ ਵੀ ਜਾ ਕੇ ਆਪਣਾ ਸਕੂਲ ਵੇਖਣ। ਨਹੀਂ ਤਾਂ ਤੁਸੀਂ ਇੱਕ ਪਾਸੇ ਸਰਕਾਰ ਕਹਿੰਦੀ ਸਮਾਰਟ ਸਕੂਲ, ਇਸ ਇੱਕ ਪਾਸੇ ਤਾਂ ਸਮਾਰਟ ਉਹ ਹੀ ਤਾਂ ਗੱਲ ਕਰਨ ਡਿਆ, ਇੱਕ ਇਸ ਪਾਸੇ ਕਹਿੰਦੀ ਵੀ ਅੰਗਰੇਜ਼ੀ ਸਕੂਲ ਬਣਾ ਦੇਣੇ, ਇੱਥੇ ਤਾਂ ਢੱਠ ਜਿਹੇ ਸਕੂਲ ਤੋਂ ਵੀ ਨਹੀਂ ਬਣਾਉਂਦੇ, ਬੱਚੇ ਬਾਅਦ ਵਿੱਚ ਧੱਕੇ ਖਾਂਦੇ। ਉਹ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਗੱਲ ਜ਼ਬਾਨ ਕੀਤੀ ਆ ਉਹ ਜ਼ਬਾਨ 'ਤੇ ਰਹੇ ਪੱਕਾ, ਹਰ ਸਕੂਲ 'ਚ ਬੱਚਾ ਜਿੱਥੇ ਵੀ ਕੋਈ ਧੱਕੇ ਖਾਂਦਾ ਵਾ ਉਹਨੂੰ ਵੇਖੇ ਜਾ ਕੇ। ਜੇ ਢੱਠ ਗਿਆ ਸਕੂਲ ਤੋਂ ਪੜ੍ਹ ਨਹੀਂ ਸਕਦਾ, ਪੜ੍ਹ ਸਕਦਾ, ਪਰ ਸਰਕਾਰ ਇਸ ਮੁੱਦੇ ਮੁੱਦੇ 'ਤੇ ਧਿਆਨ ਹੀ ਨਹੀਂ ਦਿੰਦੀ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਸਕੂਲ ਦਿੱਤਾ ਜਾਵੇ ਵਧੀਆ, ਅਤੇ ਵਧੀਆ ਸਕੂਲ 'ਚ ਬੈਠ ਕੇ ਉਹ ਪੜ੍ਹਾਈ ਕਰਨ, ਅਤੇ ਉਹ ਬੱਚੇ ਸਕੂਲ ਢੱਠਾ ਵਾ ਉਹ ਵਧੀਆ ਦਿੱਤਾ ਜਾਵੇ, ਅਤੇ ਵਧੀਆ ਸਾਨੂੰ ਸਕੂਲ ਆ ਜਾਵੇ, ਬਸ ਇੰਨਾ ਸਾਡਾ ਸਰਕਾਰ। ਬੇਟਾ ਕੌਣ ਸੀ ਕਲਾਸ ਮੈਂ ਪੜ੍ਹਤਾ? ਜਹਾਂ ਪੇ ਬੈਠਣੇ ਕੋ ਬੈਂਚ ਮਿਲਤੇ ਹੈ ਆਪਕੋ, ਕਹਾਂ ਪੇ ਬੈਠਤੇ ਹੋ ਪੜ੍ਹਤੇ ਹੋ? ਨੀਚੇ ਬੈਠਣਾ ਪੜਤਾ। ਸਰ ਅਜੇ ਜੀ ਆਪਾਂ ਜੇ ਗੱਲ ਕਰੀਏ, ਇਹ ਕਹਿ ਲਓ ਕਿ ਇੱਕ ਜਿਹੜਾ ਕਿ ਮੰਡੀ ਸਕੂਲ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਪੇਰੈਂਟਸ ਵੀ ਪਰੇਸ਼ਾਨ ਆ, ਬੱਚਿਆਂ ਨੂੰ ਕੁਛ ਬੱਚਿਆਂ ਨੂੰ ਸਕੂਲ ਤੋਪਖਾਨੇ ਸ਼ਿਫਟ ਕਰ ਦਿੱਤਾ ਗਿਆ ਵਾ, ਪਰ ਉੱਥੇ ਵੀ ਉਹਨਾਂ ਦੇ ਬੈਠਣ ਦੇ ਅਤੇ ਜਾਂ ਪੜ੍ਹਾਈ ਦੇ ਪੁਖਤਾ ਪ੍ਰਬੰਧ ਨਹੀਂ ਹੈਗੇ, ਉਹਨੂੰ ਲੈ ਕੇ ਕਈ ਪੇਰੈਂਟਸ ਰੋਸ ਪ੍ਰਦਰਸ਼ਨ ਵੀ ਕਰ ਰਹੇ ਆ, ਤਾਂ ਉਸ ਸੰਬੰਧੀ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਗਈ ਆ? ਸਰ ਇਹ ਨਾ ਜੀ ਮੰਡੀ ਸਕੂਲ ਦੇ ਵਿੱਚ ਲਾਸਟ ਮੰਥ ਦੇ ਵਿੱਚ ਹਾਦਸਾ ਜਿਹਾ ਹੋ ਗਿਆ ਸੀਗਾ ਬਾਰਿਸ਼ ਦੇ ਦਿਨਾਂ ਦੇ ਵਿੱਚ, ਉੱਥੇ ਬਰਾਂਡੇ ਦੇ ਵਿੱਚ ਲੈਂਟਰ ਦਾ ਇੱਕ ਪੀਸ ਗਿਰ ਗਿਆ ਸੀਗਾ, ਗਿਰਿਆ ਰਾਤ ਨੂੰ ਨਹੀਂ ਸੀਗਾ, ਕਿਸੇ ਦਾ ਰੰਗ ਜਾਨੀ ਮਾਲ ਦੀ ਨੁਕਸਾਨ ਨਹੀਂ ਹੋਇਆ ਸੀਗਾ, ਪਰ ਜਦੋਂ ਮੈਂ ਔਰ ਜ਼ਿਲ੍ਹਾ ਦੇ ਅਫਸਰ JE ਸਾਹਿਬ ਜੋ ਵੀ ਉੱਥੋਂ ਦਾ ਸਟਾਫ ਸੀ ਸਕੂਲ ਦਾ ਬਿਲਡਿੰਗ ਦੀ ਚੈਕਿੰਗ ਕੀਤੀ, ਤਾਂ ਬਿਲਡਿੰਗ ਜਿਹੜੀ ਸੀਗੀ ਉਹ ਵਰਤੋਂ ਯੋਗ ਨਹੀਂ ਹੈ, ਤਾਂ ਉਸੇ ਦਿਨ ਸੇਮ ਡੇ ਹੀ ਉਹ ਬੱਚਿਆਂ ਦੇ ਜਿਹੜੇ ਸੀਗਾ ਬੱਚਿਆਂ ਦੇ ਸਟਾਫ ਨੂੰ ਜਿਹੜਾ ਸੀਗਾ ਸਰਕਾਰੀ ਪ੍ਰਾਇਮਰੀ ਸਕੂਲ ਤੋਪਖਾਨਾ 'ਚ ਸ਼ਿਫਟ ਕਰ ਦਿੱਤਾ ਗਿਆ ਸੀਗਾ। ਪਰ ਦੋਨਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜਿਹੜਾ ਮੰਡੀ ਸਕੂਲ ਹੈ ਉੱਥੇ ਲਗਭਗ 332 ਬੱਚੇ ਜਿਹੜੇ ਔਨਰੋਲ ਹੈ, ਔਰ ਜਿਹੜਾ ਤੋਪਖਾਨਾ ਸਕੂਲ ਵਿੱਚ 255 ਬੱਚੇ ਨੇ, ਔਰ ਬਿਲਡਿੰਗ ਤਾਂ ਕਮਰੇ ਸਾਰੇ 6-7 ਹੈ ਉਹਨਾਂ ਕੋਲ, ਜਿਸ ਕਾਰਨ ਜਿਹੜਾ ਬੱਚਿਆਂ ਦੇ ਬੈਠਣ ਦਾ ਪੂਰਾ ਪ੍ਰਬੰਧ ਨਹੀਂ ਹੋ ਪਾ ਰਿਹਾ। ਫਿਰ ਵੀ ਤੋਪਖਾਨਾ ਸਕੂਲ ਵੱਲੋਂ ਜਿਹੜਾ ਹੈਗਾ ਮੰਡੀ ਸਕੂਲ ਨੂੰ 2 ਕਮਰੇ ਦਿੱਤੇ ਗਏ ਨੇ, ਤਾਂ ਕਿ ਜਿਹੜਾ ਉਹ ਆਪਣਾ ਕੁਛ ਫਰਨੀਚਰ ਰੱਖ ਸਕਣ, ਜਾਂ ਜਿਹੜਾ ਹੈਗਾ ਕਿ ਕਿਸੇ ਟਾਈਮ ਬਾਰਿਸ਼ ਦਾ ਰਾਜ ਹੈ ਤਾਂ ਬੱਚਿਆਂ ਨੂੰ ਬਰਾਂਡੇ 'ਚ ਜਾਂ ਰੂਮਸ ਵਿੱਚ ਸ਼ਿਫਟ ਕੀਤਾ ਗਿਆ ਸੀ। ਇਸ ਸੰਬੰਧੀ ਮਤਲਬ ਅਸੀਂ ਡਿਸਟ੍ਰਿਕਟ ਨੂੰ ਵੀ ਮੈਂ ਲਿਖਿਆ ਸੀਗਾ ਔਰ ਟਰੱਸਟ ਨਾਲ ਵੀ ਗੱਲ ਕੀਤੀ ਸੀ, ਕਿਉਂਕਿ ਇਹ ਸਕੂਲ ਪਹਿਲਾਂ ਕਪੂਰਥਲਾ 1 ਦੇ ਅੰਡਰ ਸੀਗਾ, ਬਾਅਦ 'ਚ ਜਦੋਂ ਬਲੋਕਾਂ ਦੀ ਰੀਕੰਸਟਰਕਸ਼ਨ ਹੋਈ ਤਾਂ ਕਪੂਰਥਲਾ 3 'ਚ ਚੱਲਿਆ ਗਿਆ,
ਜਿੰਨਾ ਚਿਰ ਕਪੂਰਥਲਾ ਵਨ ਦੇ ਅੰਡਰ ਸੀਗਾ ਇਹਦਾ ਕਿਰਾਇਆ ਲਗਭਗ ਪੇ ਹੋ ਰਿਹਾ ਸੀ ਔਰ ਰੈਂਟ ਦੀ ਬਿਲਡਿੰਗ ਹੋਣ ਕਰਕੇ ਜਦੋਂ ਕਪੂਰਥਲਾ ਤਿੰਨ 'ਚ ਚਲਾ ਗਿਆ ਸ਼ਾਇਦ ਪਤਾ ਨਹੀਂ ਕੀ ਕਾਰਨ ਰਹੇ ਪੁਰਾਣੇ ਸਮੇਂ ਦੇ ਵਿੱਚ ਕਿਉਂਕਿ ਮੇਰੇ ਕੋਲ ਤਾਂ ਹਜੇ ਸਾਲ ਕੁ ਹੋਇਆ ਮੈਨੂੰ ਇੱਥੇ ਆਏ ਨੂੰ ਔਰ ਜਦੋਂ ਪਤਾ ਲੱਗਾ ਕਿ ਮੈਂ ਰਿਕਾਰਡ ਕਢਵਾਇਆ ਤਾਂ ਪਤਾ ਲੱਗਾ ਕਿ ਲਗਭਗ 2016 ਤੋਂ ਬਾਅਦ ਜਿਹੜਾ ਉਸਦਾ ਕਿਰਾਇਆ ਪੇ ਨਹੀਂ ਕੀਤਾ ਗਿਆ ਕਿਰਾਇਆ ਜਿਹੜਾ ਸੀਗਾ 414 ਰੁਪਏ ਪਰ ਮੰਥ ਜਿਹੜਾ ਚੱਲਦਾ ਪਿਆ ਔਰ ਉਸਦਾ ਟੋਟਲ ਲਗਭਗ 34-35 ਹਜ਼ਾਰ ਰੁਪਏ ਜਿਹੜਾ ਉਹ ਬੈਲੈਂਸ ਪੇ ਕਰਨਾ ਉਸਦੀ ਮੈਂ ਸੇਮ ਮਤਲਬ ਡਿਮਾਂਡ ਵੀ ਭੇਜਦੀ ਹੋਈ ਹੈ ਸਟੇਟ ਨੂੰ ਕਿ ਜਿਹੜਾ ਉਹ ਕਿਰਾਇਆ ਪੇ ਕੀਤਾ ਜਾਵੇ ਦੂਸਰਾ ਮੇਰਾ ਟਰੱਸਟ ਦੇ ਜਿਹੜੇ ਟਰੱਸਟੀ ਸੀ ਉਹਨਾਂ ਨਾਲ ਫੋਨ 'ਤੇ ਗੱਲ ਹੋਈ ਸੀਗੀ ਉਹ ਦਿੱਲੀ 'ਚ ਟਰੱਸਟ ਹੈ ਉਹਨਾਂ ਨਾਲ ਵੀ ਉਹ ਹੁਣ ਕਿਰਾਏ ਦਾ ਪ੍ਰਬੰਧ ਅਸੀਂ ਡਿਪਾਰਟਮੈਂਟਲ ਦੇ ਓਫਿਸ਼ਲੀ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜਾ ਹੈਗਾ ਅਨਓਫਿਸ਼ਲੀ ਵੀ ਮਤਲਬ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਮਤਲਬ ਕਿਸੇ ਤਰੀਕੇ ਨਾਲ ਪਹਿਲਾਂ ਹੋ ਜਾਂਦਾ ਤਾਂ ਅਸੀਂ ਟਰੱਸਟੀਜ਼ ਨਾਲ ਗੱਲ ਕਰਕੇ ਜਿਹੜਾ ਹੈਗਾ ਉਸਦੀ ਰਿਪੇਅਰ ਕਰਵਾ ਸਕਦੇ ਹਾਂ ਸਰ ਜੇ ਆਪਾਂ ਗੱਲ ਕਰੀਏ ਜੇ ਸਕੂਲ ਦੀ ਹਾਲਤ ਲੰਬੇ ਸਮੇਂ ਤੋਂ ਕਹਿ ਲਓ ਕਿ ਮਾੜੀ ਸੀ ਹਾਲਾਤ ਤਾਂ ਉਹਨੂੰ ਪਹਿਲਾਂ ਕਿਉਂ ਉਸ ਵੱਲ ਧਿਆਨ ਦਿੱਤਾ ਗਿਆ ਕਿਉਂ ਉਹਨੂੰ ਥੋੜ੍ਹਾ ਬਹੁਤ ਉੱਥੇ ਮੇਨਟੇਨ ਕਰਵਾਇਆ ਗਿਆ ਸਕੂਲ ਹਾਂਜੀ ਸਰ ਮੈਂ ਉਹੀ ਦੱਸਦਾ ਮੈਂ ਕਿਰਾਏ ਦੀ ਬਿਲਡਿੰਗ ਹੋਣ ਕਰਕੇ ਨਾ ਮਤਲਬ ਜਿਹੜੀਆਂ ਸਾਨੂੰ ਗ੍ਰਾਂਟਸ ਆਉਂਦੀਆਂ ਜਿਹੜੀਆਂ ਹੈਗੀਆਂ ਸਕੂਲਾਂ ਨੂੰ ਜੋ ਰਿਪੇਅਰਸ ਦੀ ਆਉਂਦੀ ਹੈ ਜਾਂ ਨਿਊ ਬਿਲਡਿੰਗਸ ਤਿਆਰ ਕਰਨ ਵਾਸਤੇ ਆਉਂਦੀ ਉਹ ਐਸ ਐਸ ਏ ਦੇ ਅੰਡਰ ਆਉਂਦੀ ਸੀ ਔਰ ਐਸ ਐਸ ਏ ਦੇ ਅੰਡਰ ਜਿੰਨੀਆਂ ਵੀ ਗ੍ਰਾਂਟਸ ਆਉਂਦੀਆਂ ਸੀਗੀਆਂ ਉਹਨਾਂ ਦੇ ਵਿੱਚ ਇੱਕ ਰੂਲ ਸੀਗਾ ਕਿ ਕਿਰਾਏ ਦੀ ਬਿਲਡਿੰਗ ਉੱਪਰ ਕਿਸੇ ਤਰ੍ਹਾਂ ਦੀ ਗ੍ਰਾਂਟ ਨਹੀਂ ਖਰਚ ਕੀਤੀ ਜਾ ਸਕਦੀ ਮਤਲਬ ਸਪੈਸ਼ਲੀ ਬਿਲਡਿੰਗ ਨਾਲ ਰਿਲੇਟਡ ਜਿਸ ਕਾਰਨ ਮਤਲਬ ਜਿਹੜੀ ਸਕੂਲ ਦੀ ਔਰ ਹਾਲ ਜਿਹੜੀ ਖਸਤਾ ਹੁੰਦੀ ਗਈ ਔਰ ਉੱਧਰੋਂ ਟਰੱਸਟ ਵੱਲੋਂ ਵੀ ਰਿਪੇਅਰ ਨਾ ਕਰਵਾਈ ਜਾਣ ਕਾਰਨ ਜਿਹੜੀ ਇਹ ਸਕੂਲ ਦੀ ਹਾਲਤ ਖਸਤਾ ਤਾਂ ਇਸ ਸੰਬੰਧੀ ਕਹਿ ਲਓ ਕਿ ਜਿਹੜੀ ਕਿ ਤੁਸੀਂ ਕਹਿ ਰਹੇ ਕਿ ਪਿਛਲੇ 7 ਸਾਲਾਂ ਤੋਂ ਰੈਂਟ ਜਮ੍ਹਾਂ ਨਹੀਂ ਹੋਇਆ ਟਰੱਸਟ ਨੂੰ ਤਾਂ ਕਹਿ ਲਓ ਕਿ ਮੁਲਾਜ਼ਮਾਂ ਦੀ ਲਾਪਰਵਾਹੀ ਵੀ ਹੋ ਸਕਦੀ ਹੈ ਹਾਂ ਐਕਚੁਅਲੀ ਸਰ ਪਤਾ ਕਿ ਜਾਂ ਤਾਂ ਸਕੂਲ ਵਾਲੇ ਡਿਮਾਂਡ ਕਰਦੇ ਰਹਿੰਦੇ ਕਿਉਂਕਿ ਮੈਨੂੰ ਬੀ ਪੀ ਓ ਬਣੇ ਨੂੰ ਹੀ ਸਾਲ ਹੋਇਆ ਜੀ ਔਰ ਜਦੋਂ ਮੈਂ ਆਇਆ ਮੈਂ ਇੱਥੇ ਮੇਰੇ ਕੋਲ ਬਲੋਕ 1 ਸੀਗਾ ਬਲੋਕ 1 ਦੇ ਅੰਦਰ ਨਹੀਂ ਸੀ ਸਕੂਲ ਬਲੋਕ 3 ਦੇ ਅੰਦਰ ਸੀਗਾ ਉਦੋਂ ਮੈਡਮ ਉਸ ਮੇਰੇ ਤੋਂ ਮਤਲਬ ਜਿਸ ਟਾਈਮ ਤੋਂ ਇਹ ਕਿਰਾਇਆ ਪੇ ਨਹੀਂ ਹੋ ਰਿਹਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ 4 ਜਾਂ 5 ਬੀ ਪੀ ਓ ਜਿਹੜੇ ਆ ਬਣ ਕੇ ਰਿਟਾਇਰ ਹੋਇਆ ਉਸ ਤੋਂ ਬਾਅਦ ਤਾਂ ਹੁਣ ਇਸ ਜਿਹੜੀ ਸਮੱਸਿਆ ਹੈਗੀ ਬੱਚਿਆਂ ਦੀ ਕਹਿ ਲਓ ਕਿ ਧੁੱਪ ਵਿੱਚ ਬੈਠ ਕੇ ਪੜ੍ਹਾਈ ਕਰਨਾ ਜਾਂ ਥੱਲੇ ਜ਼ਮੀਨਾਂ 'ਤੇ ਬੈਠ ਕੇ ਇੱਕ ਕਹਿ ਲਓ ਕਿ ਕਮਰੇ 'ਚ ਵੀ 50-60 ਬੱਚੇ ਬੈਠ ਕੇ ਕਿਉਂਕਿ ਇੰਨੇ ਬੱਚਿਆਂ ਦੇ ਵਿੱਚ ਬੈਠ ਕੇ ਪੜ੍ਹਾਈ ਤਾਂ ਨਹੀਂ ਹੋ ਪਾਉਂਗੀ ਤਾਂ ਇਹ ਜਿਹੜੀ ਸਮੱਸਿਆ ਹੈਗੀ ਇਹਨੂੰ ਵੀ ਹੱਲ ਕੀਤਾ ਜਾਊਂਗਾ ਕੋਈ ਸਰ ਇਸ ਦੇ ਲਈ ਮੈਂ ਜਿਹੜੇ ਇੱਥੇ ਆਪਣੇ ਰਣਵੀਰ ਸਕੂਲ ਜਿਹੜਾ ਕਹਿੰਦੇ ਆ ਉਹਨਾਂ ਦੇ ਪ੍ਰਿੰਸੀਪਲ ਸਰ ਨਾਲ ਵੀ ਗੱਲ ਕੀਤੀ ਸੀਗੀ ਮੈਂ ਕਿਉਂਕਿ ਉੱਥੇ ਸਾਡੇ ਡੀ ਓ ਸੈਕੰਡਰੀ ਦਾ ਔਫਿਸ ਜਦੋਂ ਨਵੀਆਂ ਕਚਹਿਰੀਆਂ 'ਚ ਸ਼ਿਫਟ ਹੋ ਗਿਆ ਤਾਂ ਉਹਨਾਂ ਦੇ 4 ਜਾਂ 5 ਕਮਰੇ ਉੱਥੇ ਪਏ ਹੋਏ ਆ ਤਾਂ ਅਸੀਂ ਮੈਂ ਡਿਮਾਂਡ ਕੀਤੀ ਸੀ ਕਿ ਉਹ ਕਮਰੇ ਸਾਨੂੰ ਦੇ ਦਿੱਤੇ ਜਾਣ ਕਿਉਂਕਿ ਬੱਚੇ ਵੀ ਉਸੇ ਸਾਈਡ ਤੋਂ ਹੀ ਆਉਂਦੇ ਸਾਰੇ ਅਗਰ ਉਹ ਕਮਰੇ ਮਿਲ ਜਾਂਦੇ ਤਾਂ ਅਸੀਂ ਉਹਦੀ ਸਾਫ਼ ਸਫਾਈ ਕਰਾ ਕੇ ਜਿਹੜਾ ਹੈਗਾ ਸੀਗਾ ਉੱਧਰ ਬੱਚਿਆਂ ਨੂੰ ਸ਼ਿਫਟ ਕਰ ਦਿੰਦੇ ਸੀ ਉੱਥੇ ਨਾਲ ਅਗਰ ਉੱਥੇ ਸ਼ਿਫਟ ਹੁੰਦਾ ਸੀਗਾ ਤਾਂ ਬੱਚਿਆਂ ਦੀ ਗਿਣਤੀ ਹੋਰ ਵੱਧ ਵੀ ਸਕਦੀ ਸੀ ਜਿਸ ਕਾਰਨ ਮਤਲਬ ਇਹ ਸੀਗਾ ਕਿ ਉਸ ਇੱਕ ਵਾਰੀ ਬੱਚਿਆਂ ਦੇ ਬੈਠਣ ਦਾ ਸਹੀ ਪ੍ਰਬੰਧ ਹੋ ਜਾਂਦਾ ਔਰ ਅਸੀਂ ਇਸ ਦਰਿਆਨ ਜਿਹੜਾ ਸੀਗਾ ਉਸ ਬਿਲਡਿੰਗ ਦਾ ਕੁਛ ਨਾ ਕੁਛ ਪ੍ਰਬੰਧ ਹੋ ਗਿਆ ਸੀ